ਅਸਲਾਮ ਅਲੈਕੁਮ ਜੀ, ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ। ਤਾਰੀਖ ਦੇ ਪੰਨੇ ਫਰੋਲਦੇ ਮੈਂ ਕਈ ਵਾਰ ਐਸੀ ਜਗ੍ਹਾ ਦੇ ਉੱਤੇ ਪਹੁੰਚ ਜਾਂਦਾ ਵਾਂ, ਕਈ ਵਾਰੀ ਮੈਨੂੰ ਖੁਦ ਵੀ ਐਸਾ ਲੱਗਦਾ ਜਿਸ ਤਰ੍ਹਾਂ ਕਿ ਮੈਂ ਇੱਕ ਖੁਆਬ ਦੇਖ ਰਿਹਾ ਵਾਂ। ਜੀ ਹਾਂ, ਬਿਲਕੁਲ ਮੈਂ ਐਸੀ ਹੀ ਜਗ੍ਹਾ 'ਤੇ ਪਹੁੰਚਿਆ ਵਾਂ ਜਿਹੜੀ ਕਿ ਖੁਆਬਾਂ ਤੋਂ ਘੱਟ ਨਹੀਂ ਹੈ। ਗੁਰਦੁਆਰਾ ਸ੍ਰੀ ਛੇਵੀਂ ਪਾਤਸ਼ਾਹੀ ਕਨੂਹਾ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ, ਜਿੱਥੇ ਉਹਨਾਂ ਜਿਸ ਧਰਤੀ ਨੇ ਉਹਨਾਂ ਦੇ ਪੈਸ਼ ਹੋਏ, ਜਿੱਥੇ ਆ ਕੇ ਉਹਨਾਂ ਨੇ ਰੈਸਟ ਕੀਤੀ, ਅੱਜ ਮੈਂ ਉਸ ਜਗ੍ਹਾ ਦੇ ਉੱਤੇ ਪਹੁੰਚਿਆ ਵਾਂ। ਕੱਲਰ ਸ਼ਹੀਦਾਂ ਯਾਨੀ ਕਿ ਕੱਲਰ ਤੋਂ ਤਕਰੀਬਨ ਕੋਈ ਹਾਰਡਲੀ 2 ਕਿਲੋਮੀਟਰ ਦੇ ਫਾਸਲੇ ਦੇ ਉੱਤੇ ਹੀ ਕਨੂਹਾ, ਔਰ ਕਨੂਹੇ ਦੇ ਵਿੱਚ ਮੈਂ ਖਲੋਤਾ ਹੋਇਆ ਵਾਂ ਇਸ ਤਾਰੀਖੀ ਗੁਰਦੁਆਰੇ ਦੇ ਕੋਲ। ਆਓ ਮੈਂ ਤੁਹਾਨੂੰ ਦਿਖਾਉਂਦਾ ਵਾਂ ਇਸ ਗੁਰਦੁਆਰੇ ਦੇ ਫੈਕਟਸ। ਇਹ ਦੇਖੋ ਤੁਸੀਂ ਗੁਰਦੁਆਰਾ ਸਾਹਿਬ ਦੇ, ਇਹ ਹੈ ਜੀ ਗੁਰਦੁਆਰਾ ਸ੍ਰੀ ਛੇਵੀਂ ਪਾਤਸ਼ਾਹੀ ਕਨੂਹਾ। ਦੂਸਰੇ ਗੁਰਦੁਆਰਿਆਂ ਦੀ ਤਰ੍ਹਾਂ ਇਸ ਗੁਰਦੁਆਰੇ ਦੇ ਵੀ 4 ਦਰਵਾਜ਼ੇ ਨੇ। ਇੱਕ ਦਰਵਾਜ਼ਾ ਆਇਆ ਵੇ, ਔਰ ਦੂਸਰਾ ਦਰਵਾਜ਼ਾ ਆਇਆ ਵੇ ਜੀ। ਹੋਰ ਮੈਂ ਤੁਹਾਨੂੰ ਟਹਿਲ ਸੇਵਾ ਕਰਵਾਈ ਦਿਖਾਉਣਾ ਚਾਹੁੰਦਾ। ਇਕੋਨ ਕਾਰਡ ਤੋਂ ਬਾਅਦ ਤਿੰਨ ਮੰਜ਼ਿਲਾ ਗੁਰਦੁਆਰਾ, ਲਾਈਕ ਨੌਰਥ ਵੈਸਟ ਪੰਜਾਬ ਦੇ ਦੂਸਰੇ ਗੁਰਦੁਆਰਿਆਂ ਦੀ ਤਰ੍ਹਾਂ ਇਸ ਗੁਰੂ ਘਰ ਦੀ ਵੀ ਜਿਹੜੇ ਦਰਵਾਜ਼ੇ ਨੇ ਸੋਲਿਡ ਲੋਹੇ ਦੇ ਬਣੇ ਹੋਏ ਨੇ, ਬਹੁਤ ਮਜ਼ਬੂਤ। ਆਓ ਤਾਂ ਫਿਰ ਅੰਦਰ ਚੱਲਦੇ ਹਾਂ। ਦਰਵਾਜ਼ੇ ਦੇ ਉੱਤੇ ਜੇ ਤੁਸੀਂ ਦੇਖਦੇ ਹੋ ਤੇ ਇਹ ਪਹਿਲੀ ਟਹਿਲ ਸੇਵਾ ਕਰਵਾਈ ਤੁਹਾਨੂੰ ਨਜ਼ਰ ਆਉਂਦੀ ਹੈ। ਉਸ ਤੋਂ ਬਾਅਦ ਟਹਿਲ ਸੇਵਾ ਕਰਵਾਈ, ਇਹ ਵਿਜ਼ੀਬਲ ਨਹੀਂ ਹੈ ਜੀ, ਇੱਧਰ ਵਾਲੀ ਦਿਖਾਓ ਜ਼ਰਾ।
ਅੱਗੇ ਆਓ ਜੀ ਜ਼ਰਾ ਖਿੱਤਾ ਪਠਵਾਰ ਕੱਲਰ ਸੀਦਾਂ ਤੋਂ ਕਨੂਹਾ ਔਰ ਕਨੂਹਾ ਦੀ ਇਹ ਸੇਵਾ ਕਰਵਾਈ ਹੈ ਇਹ 2000 ਰੁਪਏ ਦੀ ਸੇਵਾ ਠੀਕ ਹੈ ਜੀ ਕੁਛ ਸੇਵਾ ਕਰਵਾਈ ਲੈਫਟ ਸਾਈਡ ਪਲੇਟ ਨੰਬਰ 1 ਰਾਈਟ ਸਾਈਡ ਪਲੇਟ ਨੰਬਰ 2 ਜੀ ਇੱਥੇ ਵੀ ਕੁਛ ਸਟੇਜ ਸੇਵਾ ਕਰਵਾਈਆਂ ਸਨ ਲੇਕਿਨ ਦੱਸ ਦੇਣਾ ਕਿ 48 ਦੇ ਵਿੱਚ ਜੋ ਲੋਕ ਇੱਥੇ ਆਏ ਔਰ ਉਹਨਾਂ ਨੇ ਦੱਸਿਆ ਕਿ ਵੀ ਉਦੋਂ ਹੀ ਜਿਹੜਾ ਕੋਈ ਨੁਕਸਾਨ ਪਹੁੰਚਿਆ ਉਸ ਜਗ੍ਹਾ ਨੂੰ ਪਹੁੰਚਿਆ ਉਸ ਤੋਂ ਬਾਅਦ ਇਹ ਜਗ੍ਹਾ ਹਾਲੇ ਤੱਕ ਆਪਣੀ ਅਸਲ ਹਾਲਤ ਦੇ ਵਿੱਚ ਹੈ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸ੍ਰੀ 6ਵੀਂ ਪਾਤਸ਼ਾਹੀ ਕਨੂਹਾ ਆਓ ਤੁਹਾਨੂੰ ਲੈ ਚੱਲਦੇ ਹਾਂ ਫਿਰ ਇਹਦੇ ਫਸਟ ਫਲੋਰ 'ਤੇ ਫਸਟ ਫਲੋਰ ਬਿੰਗ ਰੈਜ਼ੀਡੈਂਸ ਯੂਜ਼ ਕੀਤਾ ਜਾ ਰਿਹਾ ਏਸੀ ਫਸਟ ਫਲੋਰ ਚਲਦੇ ਹਨ ਸੈਕਿੰਡ ਫਲੋਰ ਰਾਇਟਸ ਦੇ ਬਾਰੇ ਦੱਸਿਆ ਜਾਂਦਾ ਕਿ 1947 ਦੇ ਰਾਇਟਸ ਦੇ ਦੌਰਾਨ ਤਮਾਮ ਸਿੱਖ ਫੈਮਿਲੀਜ਼ ਜਿਹੜੀਆਂ ਨੇ ਉਹ ਇੱਥੇ ਠਹਿਰੀਆਂ ਸਨ ਇਹ ਸੈਕਿੰਡ ਫਲੋਰ ਸਭ ਪਾਸੇ ਬਾਰਾਦਰੀ ਬਣੀ ਹੋਈ ਹੈ ਫਾਈਨਲੀ ਥਰਡ ਫਲੋਰ 'ਤੇ ਚੱਲਣਾ ਬਹੁਤ ਵੱਡਾ ਗੁੰਬਦ ਹੈ ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸਾਹਿਬ ਕਨੂਹਾ ਗੁਰਦੁਆਰਾ ਸ੍ਰੀ 6ਵੀਂ ਪਾਤਸ਼ਾਹੀ
ਚਹਿਲ ਸਹਿਲ ਕਰੀ ਸਾਡੇ ਸ਼ੇਖ ਨਾਲ ਲੈਂਡ ਜਿਹੜੀ ਹੈ ਉਹ ਇਸ ਜਗ੍ਹਾ ਦੇ ਉੱਤੇ ਮੌਜੂਦ ਹੈ ਔਰ ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਨਾਮ ਦੇ ਉੱਤੇ ਹੋਰ ਵੀ ਜ਼ਮੀਨ ਸੀ ਇਹ ਤੁਸੀਂ ਦੇਖ ਰਹੇ ਹੋ ਪੋਠੋਹਾਰ ਰੀਜਨ ਦੇ ਅੰਦਰ ਰਾਵਲਪਿੰਡੀ ਤੋਂ ਈਸਟ ਵਾਲੀ ਸਾਈਡ ਦੇ ਉੱਤੇ ਕੱਲਰ ਸ਼ਹੀਦਾਂ ਤੋਂ 2 ਕਿਲੋਮੀਟਰ ਫਾਸਲੇ 'ਤੇ ਕਨੋਹਾ ਔਰ ਕਨੋਹਾ ਦਾ ਗੁਰਦੁਆਰਾ ਸਾਹਿਬ ਗੁਰਦੁਆਰਾ ਸ਼੍ਰੀ 6ਵੇਂ ਪਾਤਸ਼ਾਹੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਜੁੜਿਆ ਹੋਇਆ ਗੁਰਦੁਆਰਾ ਹੈ ਇਹ ਸਾਈਟ ਐਂਡ ਸਾਊਂਡਸ ਨੇ ਗੁਰਦੁਆਰਾ ਸਾਹਿਬ ਦੇ ਔਰ ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਤਮਾਮ ਸੰਗਤਾਂ ਤੋਂ ਬੇਨਤੀ ਹੈ ਕਿ ਇਹ ਹਾਈਡਨ ਪਰਲ ਨੇ ਜਿਨ੍ਹਾਂ ਕਿ ਸੰਗਤਾਂ ਤੋਂ 47 ਦੇ ਵਿੱਚ ਸਮਝ ਲਓ ਕਿ ਵਿਛੋੜ ਦਿੱਤਾ ਗਿਆ ਸਾਡੀ ਵੀ ਦੁਆ ਹੈ ਕਿ ਵੀ ਇਹ ਉਹ ਵਾਲੀਆਂ ਜਗ੍ਹਾ ਜਿਹੜੀਆਂ ਕਿ ਜਿਹਦੇ ਨਾਲ ਵੀ ਸੰਬੰਧ ਰੱਖਦੀਆਂ ਜਿਹਦੇ ਨਾਲ ਤਲਕ ਰੱਖਦੀਆਂ ਨੇ ਉਹਨਾਂ ਕੋਲ ਦੀ ਸੇਵਾ ਸੰਭਾਲ ਜਾਵੇ ਔਰ ਹਰ ਬੰਦਾ ਆਪਣੀ ਆਪਣੀ ਮਜ਼ਹਬੀ ਰਸੂਮਾਂ ਔਰ ਆਪਣੇ ਜੋ ਵੀ ਮਜ਼ਹਬੀ ਪ੍ਰੈਕਟਿਸਿਸ ਨੇ ਰਿਲੀਜਨ ਪ੍ਰੈਕਟਿਸਿਸ ਨੇ ਉਹ ਇੱਥੇ ਅਦਾ ਕਰੇ ਤਾਂ ਕਿ ਬੈਨ ਅਲ ਅਕਵਾਮੀ ਮਜ਼ਹਬੀ ਹਮਾਹਾਂਗੀ ਦੇ ਤਹਿਤ ਜਿਹੜਾ ਮੈਂ ਮਿਸ਼ਨ ਸ਼ੁਰੂ ਕੀਤਾ ਸੀ ਸੇਵ ਦਾ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ ਉਸ ਨੂੰ ਹੀ ਲੈ ਕੇ ਮੈਂ ਅੱਜ ਇੱਥੇ ਪਹੁੰਚਿਆ ਸੀ ਔਰ ਕਨੋਹਾ ਦੇ ਗੁਰਦੁਆਰੇ ਦੀ ਇਹ ਪਹਿਲੀ ਵੀਡੀਓ ਤੁਸੀਂ ਦੇਖ ਰਹੇ ਹੋ ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਔਰ ਵੀਰ ਮੈਨ ਸੇਵ ਦਾ ਗੁਰਦੁਆਰਾਸ ਐਂਡ ਟੈਂਪਲਸ ਆਫ ਪਾਕਿਸਤਾਨ ਐਂਡ ਸੇਵ historical places of Pakistan please